ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਖੜਕੀਆਂ ਡਾਂਗਾਂ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦੋ ਧਿਰਾਂ 'ਚ ਚੱਲੇ ਦੱਬ ਕੇ ਡਾਂਗਾਂ ਸੁੱਟੇ। ਦੋਵਾਂ ਧਿਰਾਂ ਦੇ ਕਈ ਲੋਕ ਹੋਏ ਗੰਭੀਰ ਰੂਪ ਨਾਲ ਜ਼ਖਮੀ। ਪਿੰਡਾਂ 'ਚ ਭਖਣ ਲੱਗਾ ਸਰਪੰਚੀ ਚੋਣਾਂ ਦਾ ਮਾਹੌਲ। ਰਾਜਾ ਵੜਿੰਗ ਦੇ ਕਰੀਬੀ 'ਤੇ ਵੀ ਹੋਇਆ ਜਾਨਲੇਵਾ ਹਮਲਾ। ਜਿਹਾ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਮਾਹੌਲ ਭਖਣਾ ਸ਼ੁਰੂ ਹੋ ਗਿਆ ਅਤੇ ਇਸੀ ਵਿਚਕਾਰ ਹੁਣ ਲੜਾਈ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਜੀ ਹਾਂ, ਦੱਸ ਦਈਏ ਕਿ ਰਾਜਾ ਵੜਿੰਗ ਜੋ ਕਿ ਸੰਸਦ ਨੇ ਕਾਂਗਰਸ ਦੇ ਉਹਨਾਂ ਦੇ ਕਰੀਬੀ ਦੇ ਉੱਤੇ ਜਾਨਲੇਵਾ ਹਮਲਾ ਹੋਇਆ। ਦਰਅਸਲ ਉਹਨਾਂ ਦੇ ਕਰੀਬੀ ਦਾ ਕਹਿਣਾ ਹੈ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਸੀ ਕਿ ਕਿਸੇ ਵਧੀਆ ਉਮੀਦਵਾਰ ਨੂੰ ਹੀ ਸਰਪੰਚ ਬਣਾਇਆ ਜਾਵੇ, ਤਾਂ ਜਿਸ ਤੋਂ ਬਾਅਦ ਉਹ ਜਦ ਆਪਣੇ ਪਿੰਡ ਦੇ ਵਿੱਚ ਵਾਪਸ ਆਉਂਦਾ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਕੁਝ ਨੌਜਵਾਨਾਂ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਡਾਂਗਾ ਸੋਟਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਮਾਮੂਲੀ ਜਿਹੀ ਗੱਲ ਕਰਨ ਦੇ ਉੱਤੇ ਹੀ ਮਾਹੌਲ ਜੋ ਹੈ ਕਾਫ਼ੀ ਜ਼ਿਆਦਾ ਭੱਖ ਗਿਆ ਅਤੇ ਆਲਮ ਇਹ ਰਿਹਾ ਕਿ ਇੱਕ ਦੂਜੇ ਦੇ ਉੱਤੇ ਡਾਂਗਾ ਸੋਟਿਆਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਕਈਆਂ ਦੇ ਸਿਰ ਖੁੱਲ੍ਹੇ ਨੇ ਅਤੇ ਦੋਵਾਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਿਰਵਾਲੀ ਦਾ, ਜਿੱਥੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਦੇ ਆਗੂ ਆਮੋ ਸਾਹਮਣੇ ਹੋਏ ਨੇ। ਇਹ ਰੀਲੀ ਘਟਨਾ ਇਹ ਹੈ ਵੀ ਆ ਰਾਤ ਜਿਵੇਂ ਆ ਹੁਣ ਆਪਾਂ ਨੂੰ ਚੱਲੀ ਜਾਂਦਾ 3-4 ਦਿਨ 'ਚ ਪੂਰੇ ਪੰਜਾਬ 'ਚ ਮਾਹੌਲ ਆ ਵੀ ਆ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਾਂ ਸਾਰੇ ਪਿੰਡਾਂ ਦਾ ਕਿਤੇ ਕੋਈ ਜਰਨਲ ਹੋ ਗਿਆ, ਕੋਈ ਰਿਜ਼ਰਵ ਹੋ ਗਿਆ, ਉਹ ਜਿਹੜੀ ਘਟਨਾਕ੍ਰਮ ਪਿੰਡਾਂ 'ਚ, ਕਿਉਂਕਿ ਖਾਸ ਕਰਕੇ ਮੁਕਤਸਰ ਹਲਕੇ 'ਚ, ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਡਿਊਟੀ ਹੈ, ਵੜਿੰਗ ਸਾਹਿਬ ਵੱਲੋਂ ਮੇਰੀ, ਮੈਂ ਪਿੰਡ ਪਿੰਡ ਜਾ ਕੇ ਅਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆਹ ਲਾਭਬੰਦ ਕਰਦੇ ਹਾਂ ਵੀ ਵਧੀਆ ਬੰਦਾ ਬਣੇ, ਕੰਮ ਵਾਲਾ ਬੰਦਾ ਬਣੇ ਪਿੰਡਾਂ 'ਚ, ਸਰਪੰਚੀ ਦੇ ਜਿਹੜੇ ਹੁਣ ਦੌਰ ਚੱਲੀ ਜਾਂਦੇ। ਉਸੇ ਲੜੀ ਤਹਿਤ ਮੈਂ 10 ਵਜੇ ਆਪਦੇ ਪਿੰਡ ਆਇਆ, ਇੱਧਰੋਂ ਹੁੰਦਾ ਹੋਇਆ ਪਿੰਡਾਂ 'ਚੋਂ, 4-5 ਪਿੰਡਾਂ ਦਾ ਸੀਗਾ ਅਤੇ ਪਿੰਡਾਂ 'ਚੋਂ ਹੁੰਦਾ, 10 ਵਜੇ ਆਪਦਾ ਪਿੰਡ ਆਇਆ ਅਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ, ਉਹਦੇ 'ਚ ਗੱਲ ਜਦੋਂ ਚੱਲੀ, ਗੱਲ ਚੱਲੀ ਗਈ ਅਤੇ ਉਹ ਕੋਈ 2-3 ਸ਼ਰਾਰਤੀ ਬੰਦਿਆਂ ਨੇ ਆਖਿਆ ਵੀ ਯਾਰ ਯਾਰ ਕੋਈ ਚੁੱਪ ਦੀ ਗੱਲ ਆਖੀ। ਮੈਂ ਕਿਹਾ ਅਸੀਂ ਚੰਗਾ ਨਹੀਂ ਲੱਗਦਾ, ਮੈਂ ਕਿਹਾ ਯਾਰ ਸਾਡੇ ਵਾਲੀਬਾਲ ਖੇਡਦੇ ਆ ਮੁੰਡੇ, ਮੈਂ ਕਿਹਾ ਮੈਂ ਉੱਥੇ ਆਉਣਾ ਯਾਰ ਅਤੇ ਚੱਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਉਠਾਉਣਾ ਸੀਗਾ, ਅਸੀਂ ਉਹ ਆਪਦੀ ਕਰੀ ਜਾਂਦੇ ਸੀ ਵਿਰੋਧਬੰਦੀ ਜਿਵੇਂ ਹੱਕ ਸਾਰੇ ਪਿੰਡਾਂ 'ਚ ਕਰਦੇ, ਮੈਂ ਉਹਨਾਂ ਦੇ ਘਰ ਜਾਣਾ ਸੀਗਾ 10 ਦੇ ਕਈ ਟਾਈਮ ਸੀਗਾ, ਮੈਂ ਕਿਹਾ ਮੈਂ ਇੱਥੇ ਹੀ ਆਉਣਾ ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਉਹ ਬੰਦੇ ਜਿਹੜੇ ਪਹਿਲਾਂ ਦੇਖ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ, ਅਤੇ ਮੈਂ ਉਹਦੇ ਨਾਲ ਚਲੋ ਉੱਥੇ ਅਸੀਂ ਰੋਕ ਕੇ ਗੱਲ ਕਰਨ ਲੱਗ ਗਏ, ਉਹ ਵੀ ਗੱਲ ਕਰੀ ਗਿਆ ਅਤੇ ਉਹ ਥੋੜ੍ਹਾ ਜਿਹਾ ਉਹਨੇ ਮਾਹੌਲ ਤਲਕੀ ਅਲੱਗ ਕੀਤਾ, ਜਿਵੇਂ ਪ੍ਰੀ ਪਲੈਨਡ ਹੁੰਦਾ ਉਹਨੇ ਸਾਰਾ। ਫਿਰ ਉਹਦਾ ਬ੍ਰਦਰ ਆ ਗਿਆ ਘਰੋਂ ਅਤੇ ਉਹਦੇ ਘਰ ਨੇੜੇ ਸੀਗਾ ਅਤੇ ਅਸੀਂ ਰੋਡ 'ਤੇ ਖੜ੍ਹੇ ਸੀਗੇ, ਇਹਨਾਂ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜ੍ਹੇ ਸੀ ਅਤੇ ਉਹ ਆ ਗਿਆ ਅਤੇ ਉਹਨੇ ਉਹਦੀ ਸ਼ਰਾਬ ਜ਼ਿਆਦਾ ਪੀਤੀ ਸੀ ਅਤੇ ਬਹੁਤ ਨਸ਼ੇ 'ਚ ਸੀਗਾ, ਅਤੇ ਉਦੋਂ ਬਾਅਦ 3-4 ਲੋਕ ਮੁੰਡੇ ਪਿੱਛੇ ਹੋਰ ਆ ਕੇ ਅਤੇ ਉਹਨਾਂ ਨੇ ਮੇਰੇ 'ਤੇ ਬਈ ਆਪਾਂ ਜਾਨਲੇਵਾ ਹਮਲਾ ਕੀਤਾ, ਪਰ ਮੈਂ ਆਹ ਕਹਿੰਦਾ ਵੀ ਇਹ ਜੀ ਹਮਲੇ ਆਟੇ 'ਚ ਨਹੀਂ ਜਾਂਦਾ ਮੈਂ, ਅਤੇ ਮੈਂ ਹੁਣ ਆ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਜਦ ਜਿੱਥੇ ਜਿੱਥੇ ਸਾਡੇ ਮੁਕਤਸਰ ਹਲਕੇ 'ਚ ਜਾਂ ਮੇਰੇ ਪਿੰਡ 'ਚ ਬੰਦੇ ਵੀ ਉਠਾਵਾਂਗੇ ਅਤੇ ਬਾਬੇ ਦੀ ਕਿਰਪਾ ਨਾਲ ਜਿੱਦਾਂ। ਕਿਹੜੀ ਪਾਰਟੀ ਨਾਲ ਸੰਬੰਧਿਤ ਸੀਗੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਜਾਂ ਕੁਛ ਇਸ ਤਰ੍ਹਾਂ ਦਾ? ਸੰਬੰਧਿਤ ਤਾਂ ਜੀ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਅਤੇ ਬਸ ਆਹ ਹੁਣ ਚੱਕਵੇਂ ਚੱਲੇ ਬਈ ਜਿਹੜੇ ਇਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ, ਪਰ ਰੋਲ ਜ਼ਿਆਦਾ ਸ਼ਹਿ ਜਿਹੜੀ ਉਹ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਹੈਗਾ ਕੁੜੀਆਂ ਸਾਹਿਬ ਨਾਲ, ਮੰਤਰੀ ਸਾਹਿਬ ਨਾਲ ਰਹਿੰਦਾ ਅਤੇ ਉਹ ਸਰਕਾਰ ਦੀ ਫਿਰ ਸ਼ਹਿ ਤਾਂ ਪੂਰੀ ਹੈਗੀ ਹੈਗੀ।
ਹੁਣ ਮੰਗ ਕੀ ਕਰਦੇ ਹੈਗੇ ਹੋ? ਮੰਗ ਮੇਰੀ ਜੀ, ਮੈਂ ਤਾਂ ਕਹਿੰਦਾ ਵੀ ਇਨਸਾਫ ਸਾਨੂੰ, ਕਿਉਂਕਿ ਚੁਣਾਵ ਤੋਂ ਤਾਂ ਅਸੀਂ ਨਾ ਕਾਂਗਰਸ ਪਾਰਟੀ ਅੱਜ ਪਿੱਛੇ ਹਟਦੇ ਹਾਂ, ਲੋਕਤੰਤਰ ਤਾਂ ਅਸੀਂ ਧਾਨ ਹੋਣ ਨਹੀਂ ਦੇਣਾ। ਅਤੇ ਅੱਜ ਵੀ ਆ ਬਸ ਆ ਮਾੜਾ ਜਿਹਾ ਮੈਨੂੰ ਕਿਸੇ ਨਾਲ ਉਹ ਹੈ ਨਹੀਂ ਵੀ ਮੈਂ ਕਿਸੇ 'ਤੇ ਕੋਈ ਕਾਰਵਾਈ ਕਰਾਵਾਂ। ਹਾਂ, ਉਹਨਾਂ 'ਤੇ ਮੈਂ ਇਹ ਆ ਨਾ ਵੀ ਉਹਨਾਂ ਨੂੰ, ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅੱਜ ਦਾ ਬਸ ਬਾਬਾ ਸੁੱਖ ਰੱਖੇ, ਅੱਜ ਦਾ ਦਿਨ ਆ, ਕੱਲ੍ਹ ਤੋਂ ਮੈਂ ਫਿਰ ਉਵੇਂ ਆਪਦਾ ਨਿਰੰਤਰ ਕੰਮ ਜਾਰੀ ਰੱਖਾਂਗੇ। ਕੋਈ ਪੁਰਾਣੀ ਰੰਜਿਸ਼ ਨਹੀਂ? ਕੋਈ ਪੁਰਾਣੀ ਰੰਜਿਸ਼ ਨਹੀਂ, ਨਹੀਂ ਮੇਰੇ ਉਹ ਗੱਲ ਆ, ਮੈਂ ਤਾਂ ਉਹੀ ਆ ਨਾ ਵੀ ਉਹ ਚੱਕ ਚੁਕਾ ਕੇ ਕਿਸੇ ਦੇ ਸ਼ਹਿਰ 'ਤੇ ਹੋ ਗਏ, ਨਹੀਂ ਮੈਨੂੰ ਨਹੀਂ ਲੱਗਦਾ ਸੀ ਉਹ ਬੰਦੇ ਐਂ ਕਰ ਸਕਦੇ ਆ।